ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਡਿਸਕਸ ਕਰਾਂਗੇ ਟਰਮ 2 ਦਾ ਸਿਲੇਬਸ ਬੇਟਾ ਵੀਕਲੀ ਡਿਸਟ੍ਰਿਬਿਊਸ਼ਨ ਆਫ ਸਿਲੇਬਸ ਕਲਾਸ 6ਵੀਂ ਤੋਂ 10ਵੀਂ ਠੀਕ ਹੈ 6th ਤੋਂ 10th ਮੈਥਮੈਟਿਕਸ ਦਾ ਗਣਿਤ ਵਿਸ਼ੇ ਦਾ ਠੀਕ ਹੈ ਬੇਟਾ ਟਰਮ 1 ਦੇ ਤੁਹਾਡੇ ਜਿਹੜੇ ਐਗਜ਼ਾਮ ਸੀ ਉਹ ਮਲਟੀਪਲ ਚੁਆਇਸ ਕੁਐਸਚਨਸ ਆਈਸੀਓ ਦੇ ਵਿੱਚ ਬੇਟਾ ਇਸ ਵਾਰ ਜਿਹੜਾ ਤੁਹਾਡਾ ਐਗਜ਼ਾਮ ਹੋਣਾ ਉਹ ਰਿਟਰਨ ਹੋਣਾ ਠੀਕ ਹੈ ਹਰ ਪ੍ਰਕਾਰ ਦੇ ਕੁਐਸਚਨ ਤੁਹਾਨੂੰ ਛੋਟੇ ਵੱਡੇ ਜਿਹੜੇ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਉਹਦਾ ਟਰਮ 2 ਦਾ ਸਿਲੇਬਸ ਵੀ ਹੈ ਜਿਹੜਾ ਟਰਮ ਟਰਮ 1 ਦੇ ਵਿੱਚ ਨਹੀਂ ਆਇਆ ਉਹ ਟਰਮ 2 ਲਈ ਸਿਲੇਬਸ ਹੈ ਠੀਕ ਹੈ ਬੇਟਾ ਟਰਮ 1 ਦਾ ਪੋਰਸ਼ਨ ਕਿੰਨਾ ਕੁ ਟਰਮ 2 ਦੇ ਵਿੱਚ ਆਏਗਾ ਜਾਂ ਨਹੀਂ ਆਏਗਾ ਜਾਂ 25% ਆਏਗਾ ਜਾਂ 20% ਆਏਗਾ ਜਾਂ ਨਹੀਂ ਆਏਗਾ ਉਹ ਫਿਲਹਾਲ ਉਸ ਬਾਰੇ ਕੋਈ ਸੂਚਨਾ ਨਹੀਂ ਹੈ ਡਿਪਾਰਟਮੈਂਟ ਨੇ ਬੋਰਡ ਨੇ ਕੋਈ ਸੂਚਨਾ ਨਹੀਂ ਦਿੱਤੀ ਪਰ ਵੀਕਲੀ ਡਿਸਟ੍ਰਿਬਿਊਸ਼ਨ ਜਿਹੜਾ ਸਿਲੇਬਸ ਦਾ ਉਹ ਆ ਗਿਆ ਹੈ ਉਹ ਆਪਾਂ ਤੁਹਾਡੇ ਲਈ ਇਸ ਵੀਡੀਓ ਵਿੱਚ ਹੱਲ ਕਰਾਂਗੇ ਦੇਖਾਂਗੇ ਠੀਕ ਹੈ ਬੇਟਾ ਤੁਸੀਂ ਇਸ ਨੂੰ ਆਪਣੀ ਕਾਪੀ ਤੇ ਨੋਟ ਕਰ ਲੈਣਾ ਆਪਾਂ ਜਮਾਤ ਵਾਈਜ਼ ਦੇਖਾਂਗੇ 6ਵੀਂ ਤੋਂ 10ਵੀਂ ਠੀਕ ਹੈ ਬੇਟਾ ਮੱਲਾ ਆਪਾਂ 6ਵੀਂ ਦਾ ਦੇਖਦੇ ਹਾਂ ਠੀਕ ਹੈ ਤਾਂ ਵੀ ਇੱਕ ਫਰਸਟ ਹੈ 24 ਦਸੰਬਰ ਤੱਕ ਮਤਲਬ ਛੁੱਟੀਆਂ ਤੱਕ ਹਨ ਤਾਂ ਅਲਜਬਰਾ ਕੰਪਲੀਟ ਕਰਨਾ ਸੀ ਅਲਜਬਰਾ ਮਤਲਬ ਬੀਜਗਣਿਤ ਠੀਕ ਹੈ ਬੇਟਾ ਇਹ ਚੈਪਟਰ ਹੈ ਜਿਹੜਾ ਸਾਡਾ ਜੋ ਅਭੀ ਦਸੰਬਰ ਤੱਕ ਕੰਪਲੀਟ ਹੋ ਜਾਣਾ ਚਾਹੀਦਾ ਮਤਲਬ ਇਹ ਸਿਲੇਬਸ ਦੇ ਵਿੱਚ ਹੈ 20 ਗਣਿਤ ਚੈਪਟਰ ਫਸਟ ਵੀਕ ਆਫ ਜਨਵਰੀ 2022 2022 ਦੇ ਪਹਿਲੇ ਵੀਕ ਜਨਵਰੀ ਦੇ ਪਹਿਲੇ ਵੀਕ ਅੰਡਰਸਟੈਂਡਿੰਗ ਐਲੀਮੈਂਟਰੀ ਸ਼ੇਪਸ ਠੀਕ ਹੈ ਮੋਡਲੀਆਂ ਜਿਹੜੀਆਂ ਰੇਖਾਗਣਿਤ ਧਾਰਨਾਵਾਂ ਨੇ ਜਾਂ ਐਲੀਮੈਂਟਰੀ ਸ਼ੇਪਸ ਨੇ ਉਹਨਾਂ ਨੂੰ ਸਮਝਣਾ ਠੀਕ ਹੈ ਮੋਡਲੇ ਆਕਾਰਾਂ ਨੂੰ ਸਮਝਣਾ ਚੈਪਟਰ ਫਸਟ ਵੀਕ ਸੈਕੰਡ ਵੀਕ ਆਫ ਜਨਵਰੀ ਠੀਕ ਹੈ ਸੈਕੰਡ ਵੀਕ ਆਫ ਜਨਵਰੀ ਦੇ ਵਿੱਚ ਛੇਵੇਂ ਦਾ ਕੀ ਹੈ ਪ੍ਰੈਕਟੀਕਲ ਜਿਓਮੈਟਰੀ ਠੀਕ ਹੈ ਪ੍ਰਯੋਗਿਕ ਜਮਾਈਤੀ ਉਹ ਸੈਕੰਡ ਵੀਕ ਚ ਹੋਏਗੀ ਥਰਡ ਵੀਕ ਦੇ ਵਿੱਚ ਰੇਸ਼ੀਓ ਐਂਡ ਪ੍ਰੋਪੋਰਸ਼ਨ ਹੋਏਗਾ ਥਰਡ ਵੀਕ ਦੇ ਵਿੱਚ ਕੀ ਹੋਏਗਾ ਵੀ ਤੀਜੇ ਹਫਤੇ ਦੇ ਵਿੱਚ ਕੀ ਹੋਗਾ ਰੇਸ਼ੀਓ ਐਂਡ ਪ੍ਰੋਪੋਰਸ਼ਨ ਮਤਲਬ ਅਨੁਪਾਤ ਅਤੇ ਸਮਾਨ ਅਨੁਪਾਤ ਫੋਰਥ ਵੀਕ ਜਾਨੀ ਕਿ ਲਾਸਟ ਹਫਤੇ ਦੇ ਵਿੱਚ ਜਨਵਰੀ ਦੇ ਵਿੱਚ ਪੈਰੀਮੀਟਰ ਐਂਡ ਏਰੀਆ ਪਰਿਮਾਪ ਅਤੇ ਖੇਤਰਫਲ ਚੈਪਟਰ ਤਾਂ ਫਸਟ ਵੀਕ ਆਫ ਫੈਬਰੂਰੀ 2022 ਫਰਵਰੀ 2022 ਦੇ ਵਿੱਚ ਡਾਟਾ ਹੈਂਡਲਿੰਗ ਹੋਏਗੀ ਪਹਿਲੇ ਹਫਤੇ ਦੇ ਵਿੱਚ ਅੰਕੜਿਆਂ ਦਾ ਪ੍ਰਬੰਧਨ ਠੀਕ ਹੈ ਬੇਟਾ ਸੈਕੰਡ ਵੀਕ ਦੇ ਵਿੱਚ ਰਿਵੀਜ਼ਨ ਹੋਏਗੀ ਠੀਕ ਹੈ ਜਿਹੜਾ ਤੁਸੀਂ ਪੜ ਲਿਆ ਥਰਡ ਵੀਕ ਦੇ ਵਿੱਚ ਵੀ ਰਿਵੀਜ਼ਨ ਮਤਲਬ ਸੈਕੰਡ ਵੀਕ ਦੇ ਵਿੱਚ ਰਿਵੀਜ਼ਨ ਉਹ ਤੋਂ ਬਾਅਦ ਪ੍ਰੀ ਬੋਰਡ ਜਾਂ ਬੋਰਡ ਐਗਜ਼ਾਮ ਤੁਹਾਡੇ ਫਾਈਨਲ ਐਗਜ਼ਾਮ ਹੋਣਗੇ ਹੁਣ ਸੱਤਵੀਂ ਲਈ ਕੀ ਹੈ ਵੀ ਫਸਟ ਵੀਕ ਦੇ ਵਿੱਚ ਠੀਕ ਹੈ ਫਸਟ ਵੀਕ ਅਪ ਗੱਲ ਲਿਆ 24 ਤੱਕ 22 ਦਸੰਬਰ ਤੱਕ ਕੀ ਹੋਗਾ ਰਿਵੀਜ਼ਨ ਆਫ ਡਾਟਾ ਹੈਂਡਲਿੰਗ ਐਂਡ ਸਿੰਪਲ ਇਕੁਏਸ਼ਨ ਹੈ ਆਪਾਂ ਪਹਿਲਾਂ ਹੀ ਕਰ ਲਿਆ ਸੀਗਾ 7ਵੇਂ ਵਿੱਚ ਅੰਕੜਿਆਂ ਦਾ ਪ੍ਰਬੰਧਨ ਤੇ ਸਰਲ ਸਮੀਕਰਨ ਦੀ ਰਿਵੀਜ਼ਨ ਕਰਨੀ ਹੈ ਸੈਕੰਡ ਵੀਕ ਮਤਲਬ ਜਨਨਿਕ ਫਰਸਟ ਵੀਕ ਆਫ ਜਨਵਰੀ ਟ੍ਰਾਇੰਗਲਸ 3ਰ ਪੋ ਚੈਪਟਰ ਠੀਕ ਹੈ 3ਰ ਪੋ ਚੈਪਟਰ ਕਰਨਾ ਹੈ ਤੇ ਸੈਕੰਡ ਵੀਕ ਦੇ ਵਿੱਚ ਜਨਵਰੀ ਵਿੱਚ ਕੰਗਰੈਂਸ ਆਫ ਟ੍ਰਾਇੰਗਲ ਜਨਿਕ 3ਰ ਦੀ ਸਰਵੰਗ ਸੰਪਤਾ 3ਰਡ ਵੀਕ ਦੇ ਵਿੱਚ ਪ੍ਰੈਕਟੀਕਲ ਜਿਓਮੈਟਰੀ ਪ੍ਰਯੋਗਿਕ ਜਿਮਾਈਤੀ ਕਰਨੀ ਹੈ ਫੋਰਸ ਵੀ ਕਲਾਸਟ ਵੀਕ ਦੇ ਵਿੱਚ ਛੇਵੇਂ ਦੀ ਤਰ੍ਹਾਂ ਪੈਰੀਮੀਟਰ ਐਂਡ ਏਰੀਆ ਕਰਨਾ ਆਪਣੇ ਮਾਪ ਅਤੇ ਖੇਤਰਫਲ ਕਰਨਾ ਫਰਸਟ ਵੀਕ ਆਫ ਫੈਬਰੂਰੀ ਠੀਕ ਹੈ ਅਲਜੈਬਰਿਕ ਐਕਸਪ੍ਰੈਸ਼ਨ ਬੀਜਗਨਿਤਕ ਵਿਅੰਜਕ ਚੈਪਟਰ ਆਪਾਂ ਕਰਨਾ ਉਸ ਤੋਂ ਬਾਅਦ ਆਪਾਂ ਰਿਵੀਜ਼ਨ ਕਰ ਲਈਏ ਠੀਕ ਹੈ ਬੇਟਾ ਤਾਂ ਇਹ ਸੀਗਾ 7ਵੀਂ ਲਈ ਅੱਗੇ ਆਪਾਂ 8ਵੀਂ ਲਈ ਦੇਖਦੇ ਹਾਂ 8ਵੀਂ ਦੇ ਪਹਿਲਾਂ ਤਾਂ ਪੇਪਰ ਹੀ ਹੋ ਰਹੇ ਸੀ 24 ਤੱਕ ਤਾਂ ਅੱਗੇ ਫਰਸਟ ਵੀਕ ਆਫ ਜਨਵਰੀ ਛੁੱਟੀਆਂ ਤੋਂ ਬਾਅਦ ਅਸੀਂ ਕਰਨਾ ਹੈ ਇੰਟਰੋਡਕਸ਼ਨ ਟੂ ਗ੍ਰਾਫਸ ਗ੍ਰਾਫਮ ਵਾਰੀ ਜਾਣਕਾਰੀ ਠੀਕ ਹੈ ਸੈਕੰਡ ਵੀਕ ਦੇ ਵਿੱਚ ਅਸੀਂ ਕੀ ਕਰਨਾ ਹੈ ਡਾਇਰੈਕਟਡ ਇਨਵਰਸ ਪ੍ਰੋਪੋਰਸ਼ਨ ਸਿੱਧਾ ਅਤੇ ਉਲਟ ਅਨੁਪਾਤ ਉਲਟ ਅਨੁਪਾਤ ਠੀਕ ਹੈ ਫੋਰਥ ਮਤਲਬ ਥਰਡ ਵੀਕ ਦੇ ਵਿੱਚ ਕੀ ਕਰਨਾ ਹੈ ਵਿਜ਼ੂਅਲਾਈਜ਼ਿੰਗ ਸੋਲਿਡ ਸ਼ੇਪਸ ਐਂਡ ਮੈਜ਼ੂਰੇਸ਼ਨ ਠੀਕ ਹੈ ਬੇਟਾ ਠੋਸ ਕਾਰਾਂ ਦਾ ਚਿੱਤਰਣ ਉਹਨਾਂ ਨੂੰ ਸਮਝਣਾ ਜਾਂ ਠੋਸ ਕਾਰਾਂ ਦੀ ਕਲਪਨਾ ਤੇ ਖੇਤਰ ਮਿਤੀ ਚੈਪਟਰ ਆਪਾਂ ਕਰਨੇ ਆ 3rd ਤੇ 4th ਵੀਕ ਦੇ ਵਿੱਚ ਫਰਸਟ ਵੀਕ ਆਫ ਫ फेब्रुवारी ਦੇ ਵਿੱਚ ਕੀ ਕਰਨਾ ਏਰੀਆ ਐਂਡ ਵੋਲਿਊਮ ਬਹੁਤ ਇੰਪੋਰਟੈਂਟ ਚੈਪਟਰ ਆ ਬੇਟਾ ਇਹਦੇ ਵਿੱਚ ਤੁਹਾਨੂੰ 6 ਨੰਬਰ ਦਾ ਪੇਪਰ ਵੀ 6 ਅੰਕਾਂ ਦਾ ਪ੍ਰਸ਼ਨ ਵੀ ਪੁੱਛਿਆ ਜਾਂਦਾ ਏਰੀਆ ਐਂਡ ਵੋਲਿਊਮ ਠੀਕ ਹੈ ਖੇਤਰਫਲ ਅਤੇ ਆਇਤਨ ਉਸ ਤੋਂ ਬਾਅਦ ਆਪਾਂ ਰਿਵੀਜ਼ਨ ਕਰਨੀ ਹੈ ਠੀਕ ਹੈ ਅਗੇ 9th ਲਈ ਕੀ ਹੈ ਰਿਵੀਜ਼ਨ ਆਫ ਹੀਰੋਨਸ ਫਾਰਮੂਲਾ ਐਂਡ ਟ੍ਰਾਇੰਗਲਸ 24 ਤੱਕ ਕਰਨਾ ਸੀ ਇਹ ਆਪਾਂ ਹੀਰੋ ਫਾਰਮੂਲਾ ਹੀਰੋ ਦਾ ਸੂਤਰ ਅਤੇ ਤ੍ਰਿਪੋ ਚੈਪਟਰ ਉਸ ਤੋਂ ਬਾਅਦ ਸਟੈਟਿਕਸ ਚੈਪਟਰ ਫਸਟ ਵੀਕ ਦੇ ਵਿੱਚ ਜਨਵਰੀ ਦੇ ਵਿੱਚ ਸਟੈਟਿਕ ਅੰਕੜਾ ਵਿਗਿਆਨ ਉਸ ਤੋਂ ਬਾਅਦ ਸੈਕੰਡ ਵੀਕ ਦੇ ਵਿੱਚ ਏਰੀਆ ਆਫ ਪੈਰਲੋਗ੍ਰਾਮ ਐਂਡ ਟ੍ਰਾਇੰਗਲ ਤ੍ਰਿਪਜਾਂ ਤੇ ਸਮਾਂਤਰ ਚਤੁਰਭੁਜਾਂ ਦਾ ਖੇਤਰਫਲ ਉਸ ਤੋਂ ਬਾਅਦ ਚੱਕਰ ਚੈਪਟਰ ਸਰਕਲ ਚੈਪਟਰ ਵੀ ਉਸ ਤੋਂ ਬਾਅਦ ਆਪਾਂ ਥਰਡ ਵੀਕ ਦੇ ਵਿੱਚ ਜਨਵਰੀ ਚ ਕੀ ਕਰਨਾ ਸਰਕਲ ਚੈਪਟਰ ਤੇ ਫਸਟ ਵੀਕ ਫ फेब्रुवारी ਦੇ ਵਿੱਚ ਆਪਾਂ ਕੀ ਕਰਨਾ ਬੇਟਾ ਕੰਸਟਰਕਸ਼ਨ ਰਚਨਾ ਮਾ ਕਰਨੀਆਂ ਨੇ ਤੇ ਤੇ ਆਪਾਂ ਜੇ ਗੱਲ ਕਰੀਏ ਫਰਸਟ ਵੀਕ ਆਫ ਫ फेब्रुवारी ਇਹ ਲਾਸਟ ਵੀਕ ਸੀਗਾ ਮਤਲਬ 4ਥ ਵੀਕ ਦੇ ਵਿੱਚ ਸੀ ਗਿਆ ਰਚਨਾਵਾ ਤੇ ਲਾਸਟ ਜਾਨੀ ਕਿ ਪਹਿਲਾ ਠੀਕ ਹੈ ਪਹਿਲਾ ਫ फेब्रुवारी ਦੇ ਵਿੱਚ ਏਰੀਆ ਐਂਡ ਵੋਲਿਊਮ ਠੀਕ ਹੈ ਤੈਸੀ ਕਰਨਾ ਇਹ ਬੇਟਾ 7ਵੀਂ ਲਈ 8ਵੀਂ ਲਈ ਇਹ ਹੈ ਇਹ ਥੋੜਾ ਜਿਹਾ ਆਪਾਂ ਗਲਤ ਦੱਸ ਕੇ ਸੀ 9ਵੀਂ ਲਈ ਤਾਂ 8ਵੀਂ ਲਈ ਇਹ ਹੈ ਠੀਕ ਹੈ ਰਿਵੀਜ਼ਨ ਆਫ ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ ਦੋ ਚਲਾਂ ਵਾਲੇ ਰੇਖੀ ਸਮੀਕਰਨ ਇੱਕ ਚਾਲ ਵਾਲੇ ਰੇਖੀ ਸਮੀਕਰਨ ਦੀ ਦੁਹਰਾਈ ਹੈ ਤੇ ਪ੍ਰੈਕਟੀਕਲ ਜਿਮੇਟਰੀ ਦੇ ਡਾਟਾ ਹੈਂਡਲਿੰਗ ਦੀ ਦੁਹਰਾਈ ਹੈ ਸੈਕੰਡ ਵੀਕ ਦੇ ਵਿੱਚ ਠੀਕ ਹੈ ਜਿਹੜਾ ਆਪਾਂ ایرੀਅਲ ਵੋਲਿਊਮ ਦੱਸਿਆ ਸੀ ਉਹ ਨੌਵੀਂ ਕਲਾਸ ਲਈ ਹੈ ਠੀਕ ਹੈ ਖੇਤਰਫਲ ਅਤੇ ਆਇਤਨ ਉਸ ਤੋਂ ਅੱਗੇ ਆਪਣਾ ਹੈ 10ਵੀਂ ਜਮਾਤ ਲਈ ਤਾਂ ਰਿਵੀਜ਼ਨ ਆਫ ਕੁਆਡਰੇਟਿਕ ਇਕੁਏਸ਼ਨ ਦੋ ਘਾਤੀ ਸਮੀਕਰਨ ਦੀ ਦੁਹਰਾਈ ਹੋਊਗੀ 24 ਤੱਕ 24 ਦਸੰਬਰ ਤੱਕ ਉਸ ਤੋਂ ਬਾਅਦ ਫਰਸਟ ਵੀਕ ਦੇ ਵਿੱਚ ਹੋਣੀ ਹੈ ਰਚਨਾਵਾ ਠੀਕ ਹੈ ਫਰਸਟ ਵੀਕ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਜਨਵਰੀ ਦੇ ਵਿੱਚ ਰਚਨਾਵਾ ਹੋਣਗੀਆਂ ਉਸ ਤੋਂ ਅੱਗੇ ਹੋਏਗਾ ਸੈਕੰਡ ਵੀਕ ਦੇ ਵਿੱਚ ਏਰੀਆ ਐਂਡ ਵੋਲਿਊਮ ਐਪਲੀਕੇਸ਼ਨ ਆਫ ਟ੍ਰਿਗਨੋਮੈਟਰੀ ਮਤਲਬ ਸੈਕੰਡ ਤੇ ਥਰਡ ਦੇ ਵਿੱਚ ਠੀਕ ਹੈ ਸੈਕੰਡ ਵੀਕ ਤੇ ਥਰਡ ਵੀਕ ਦੇ ਵਿੱਚ ਜਨਵਰੀ ਦੇ ਵਿੱਚ ਕੀ ਹੋਏਗਾ ਏਰੀਆ ਐਂਡ ਵੋਲਿਊਮ ਐਪਲੀਕੇਸ਼ਨ ਆਫ ਟ੍ਰਿਗਨੋਮੈਟਰੀ ਖੇਤਰਫਲ ਅਤੇ ਆਇਤਨ ਸਤਾਂ ਦਾ ਖੇਤਰਫਲ ਅਤੇ ਆਇਤਨ ਐਪਲੀਕੇਸ਼ਨ ਆਫ ਟ੍ਰਿਗਨੋਮੈਟਰੀ ਯਾਨੀ ਕਿ ਤਕੋਣਮਿਤੀ ਦੇ ਉਪਯੋਗ ਦੋ ਚੈਪਟਰ ਹੋਣਗੇ ਅੱਗੇ ਆਪਣਾ 4th ਵੀਕ ਯਾਨੀ ਕਿ ਲਾਸਟ ਵੀਕ ਫਿਬਰੂਰੀ ਦਾ ਜਨਵਰੀ ਦਾ ਉਹਦੇ ਵਿੱਚ ਕੀ ਹੋਏਗਾ ਰਿਵੀਜ਼ਨ ਆਫ ਸਟੈਟਿਕ ਐਂਡ ਏਪੀ ਅੰਕ ਅੰਕੜਾ ਵਿਗਿਆਨਾ ਜਿਹੜੀ ਉਹਦੀ ਵੀ ਦੁਹਰਾਈ ਤੇ ਅੰਕਗਣਿਤਕ ਲੜੀਆਂ ਦੀ ਵੀ ਦੁਹਰਾਈ ਕਿਉਂਕਿ ਬੇਟਾ ਆਪਾਂ ਇਹ ਚੈਪਟਰ ਪਹਿਲਾਂ ਕਰ ਚੁੱਕੇ ਠੀਕ ਹੈ ਉਸ ਤੋਂ ਅੱਗੇ ਫਰਸਟ ਵੀਕ ਫ फेब्रुवारी ਦੇ ਵਿੱਚ ਰਿਵੀਜ਼ਨ ਆਫ ਟ੍ਰਾਇੰਗਲਸ ਜਿਹੜਾ ਆਪਣਾ ਚੈਪਟਰ ਸੀਗਾ ਤ੍ਰਿਭੁਜ ਉਸ ਦੀ ਰਿਵੀਜ਼ਨ ਚੈਪਟਰ ਦੀ ਉਸ ਤੋਂ ਬਾਅਦ 올 ਰਿਵੀਜ਼ਨ ਸਾਰੇ ਸਿਲੇਬਸ ਦੀ ਟਰਮ 2 ਦੀ ਰਿਵੀਜ਼ਨ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਪ੍ਰੀ ਬੋਰਡ ਹੋਣਗੇ ਜਾਂ ਫਾਈਨਲ ਇਗਜ਼ਾਮ ਹੋਣਗੇ ਠੀਕ ਹੈ ਬੇਟਾ ਇਹ ਸੀਗਾ ਤੁਹਾਡਾ ਟਰਮ 2 ਦਾ ਸਿਲੇਬਸ ਠੀਕ ਹੈ ਟਰਮ 2 ਦਾ ਮੈਥਮੈਟਿਕਸ ਦਾ ਵੀਕਲੀ ਡਿਸਟ੍ਰਿਬਿਊਸ਼ਨ ਸਿਲੇਬਸ ਮੈਨੂੰ ਉਮੀਦ ਆ ਵੀ ਤੁਸੀਂ ਇਹ ਨੋਟ ਕਰ ਲਿਆ ਹੋਵੇਗਾ ਥੈਂਕ ਯੂ ਬੇਟਾ